ਸਿਰੂ ਭਾਈ ਨਾਲ ਗੱਲ ਕਰਕੇ ਨਾ ਉਹ ਕੰਮ ਕਰਦਾ ਲੈ ਕੇ ਆਵਾਂ ਰਹੂਗਾ ਬਟ ਦੋ ਪਲੇਟਫਾਰਮ ਹੋਏ ਨੇ ਆਪਣੇ ਕੋਲ ਬਹੁਤ ਚੀਜ਼ਾਂ ਆਈਆਂ ਪਰ ਉਹਨਾਂ ਨੂੰ ਟਾਈਮ ਲੱਗਣਾ ਆਈਡੀਆ ਕਿੱਦਾਂ ਇੰਪਲੀਮੈਂਟ ਕਰਨਾ ਇੱਥੇ ਦੋ ਅਕੈਡਮੀ ਆ ਜੀ ਵੈਸੇ ਸਾਡੇ 10 ਅਕੈਡਮੀ ਦੋ ਚੀਜ਼ਾਂ ਦੋ ਚੀਜ਼ਾਂ ਬਿਜ਼ਨਸ ਨਹੀਂ ਇੱਕ ਪਲੇਟਫਾਰਮ ਲੋਕਾਂ ਲਈ ਬਹੁਤ ਕਰਨ ਦਾ ਜੀਮ ਨਿਊਟ੍ਰੀਸ਼ਨ ਨੇ ਤੁਸੀਂ ਮਤਲਬ ਆਫਲਾਈਨ ਸਟੋਰ 'ਤੇ ਨਹੀਂ ਵੇਚ ਰਹੇ ਉੱਥੇ ਨਹੀਂ ਵੇਚਦਾ ਬਹੁਤ ਡਿਮਾਂਡ ਮੈਂ ਭਾਈ ਆਈ ਡੋਂਟ ਟਰੱਸਟ ਮੈਨੂੰ ਮੇਰਾ ਸਕਾ ਕੋਈ ਨਹੀਂ ਮੈਂ ਕਿਸੇ ਨੂੰ ਕਹਾਂ ਹਾਂਜੀ ਤੁਸੀਂ ਵੇਚੋ ਭਾਈ ਇੱਕ ਦੇ ਦੋ ਡੱਬੇ ਬਣ ਗਏ ਖਰਾਬ ਹੋ ਗਏ ਡੈਥ ਆਫ ਇੰਡੀਆ ਪ੍ਰੋਬਲਮ ਬ੍ਰਾਂਡ ਰੈਪੂਟੇਸ਼ਨ ਖਰਾਬ ਹੋਈ ਸੋ ਆਪਣਾ ਇਹ ਕਿ ਅਸੀਂ ਆਫਲਾਈਨ ਆਫਲਾਈਨ ਜਾਣਾ ਆਨਲਾਈਨ ਸਾਡੇ ਵੇਅਰ ਹਾਊਸ ਕਸਟਮਰ ਜਾ ਰਿਹਾ ਕੁਝ ਹੁੰਦਾ ਨਹੀਂ ਡਿਲੀਵਰੀ ਛੇਤੀ ਹੋ ਜਾਊ ਸਟੋਰ ਖੋਲਿਆ ਵੀ ਨਾ ਫਿਰ ਉਹ ਐਕਸਕਲੂਸਿਵ ਸਟੋਰ ਜੀ ਐਮ ਨਿਊਟ੍ਰੀਸ਼ਨ ਦਾ ਆਫਲਾਈਨ ਸਟੋਰ ਰਹੇਗਾ ਉਹਦਾ ਆਪਣਾ ਪਰਸਨ ਆਫਲਾਈਨ ਉਹਦੇ ਵਿੱਚ ਅਗਰ ਜਦੋਂ ਕੀਤਾ ਉਹੀ ਪਲਾਨ ਹੋਗਾ ਇਸ ਹੋਪ ਕ੍ਰਿਸਮਸ ਲੱਗ ਗਿਆ ਸੀ ਇੱਕ ਦਿੱਲੀ 'ਚ ਇੱਕ ਸਟੋਰ ਖੋਲ੍ਹ ਗਿਆ ਸਿਰਫ ਆਫਲਾਈਨ ਇੱਕ ਫਰੈਂਚਾਈਜ਼ ਵਗੈਰਾ ਨਹੀਂ ਦੇ ਦਿੰਦਾ ਥੋੜ੍ਹਾ ਜਿਹਾ ਹੋ ਜਾਂਦਾ ਕਿ ਯਾਰ ਦੇਖੂਗਾ ਕਿਸ ਤਰ੍ਹਾਂ ਪਲਾਨ ਮੈਨੂੰ ਇਹ ਨਹੀਂ ਪਤਾ ਮੈਂ ਟਾਈਮ ਮਿਲ ਪਾਉਣਾ ਕਰਨ ਲਈ ਆਏ ਕਾਂਸ ਸੇ ਇਸ ਵੇਲੇ ਮੈਂ ਨਹੀਂ ਰਿਚਾਰਜ ਕਰ ਐਸੀ ਪਲੇਟਫਾਰਮ ਲਿਆਵਾਂਗੇ